ਪਰਮ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਮੈਂ ਆਪ ਜੀ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਬਾਰੇ ਕਵਿਤਾ ਕਹਿਣ ਜਾ ਰਿਹਾ ਹਾਂ ਗੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਿਓ ਜਦੋਂ ਭਾਈ ਲੈਣਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ 'ਚ ਸੇਵਾ ਕਰ ਰਿਹਾ ਹੈ ਤੋ ਰੱਬੀ ਬਖਸ਼ਿਸ਼ਾਂ ਓਸਤੇ ਧਰੋਂ ਹੋਈਆਂ ਰੱਬੀ ਬਖਸ਼ਿਸ਼ਾਂ ਓਸਤੇ ਧਰੋਂ ਹੋਈਆਂ ਸੇਵਾ ਕੀਤੀ ਸੀ ਸਿੱਧਕ ਦੇ ਨਾਲ ਲੈਣੇ ਕਿਸੇ ਹੁਕਮ ਤੇ ਕਿੰਤੂ ਨਾ ਕਦੇ ਕੀਤਾ ਤਕੜੀ ਬੜੀ ਹੀ ਖਾਲੀ ਸੀ ਘਾਲ ਲੈਣੇ ਸੁਗੜ ਸਿਆਣਾ ਤੇ ਪੁੰਜ ਸੀ ਨਿਮਰਤਾ ਦਾ ਸੁਗੜ ਸਿਆਣਾ ਤੇ ਪੁੰਜ ਸੀ ਨਿਮਰਤਾ ਦਾ ਕੀਤਾ ਕੰਮ ਹਰ ਬੇਮਿਸਾਲ ਉਸਨੇ ਪਰਚੇ ਔਖੇ ਤੋਂ ਔਖੇ ਸੀ ਪਏ ਭਾਵੇਂ ਹੱਲ ਕੀਤਾ ਪਰ ਹਰ ਸਵਾਲ ਲੈਣੇ ਪਰਚੇ ਔਖੇ ਤੋਂ ਔਖੇ ਸੀ ਪਏ ਭਾਵੇਂ ਹੱਲ ਕੀਤਾ ਪਰ ਹਰ ਸਵਾਲ ਲੈਣੇ ਇੱਕ ਦਰਸ਼ਨ ਕਰਿਓ ਇਤਿਹਾਸਕ ਬੰਦ ਦੇ ਗਿੱਲੇ ਘਾਦੀ ਪੰਡ ਜਦ ਸਿਰ ਉੱਤੇ ਗਿੱਲੇ ਘਾਦੀ ਚੁੱਕੀ ਜਦ ਪੰਡ ਸਿਰ ਤੇ ਗੰਦਾ ਹੋ ਗਿਆ ਜਾਮਾ ਬਹੁਮੁੱਲ ਵੇਖੋ ਤੱਕ ਕੇ ਮਾਤ ਸੁਲੱਖਣੀ ਕਹਿਣ ਲੱਗੇ ਹੋ ਗਈ ਸਾਈਂ ਜੀਓ ਵੱਡੀ ਭੁੱਲ ਵੇਖੋ ਅੱਗੋਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਅੱਗੋਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਛਿੱਟੇ ਚਿੱਕੜ ਦੇ ਕੇਸਰ ਦੇ ਤਲ ਵੇਖੋ ਤੇ ਨਹੀਂ ਘਾਹ ਦੀ ਪੰਡ ਨਹੀਂ ਸਿਰ ਉੱਤੇ ਦੀਨ ਦੁਨੀ ਦਾ ਸ਼ਤਰ ਰਿਆ ਝੁੱਲ ਵੇਖੋ ਨਹੀਂ ਘਾਹ ਦੀ ਪੰਡ ਨਹੀਂ ਸਿਰ ਉੱਤੇ ਦਿਨ ਦੁਨੀ ਦਾ ਛਤਰ ਰਿਹਾ ਝੁੱਲ ਦੇਖੋ ਆਪਣੇ ਸੀਨੇ ਨਾਲ ਲਾ ਕੇ ਪਾਤਸ਼ਾਹ ਨੇ ਆਪਣੇ ਸੀਨੇ ਨਾਲ ਲਾ ਕੇ ਪਾਤਸ਼ਾਹ ਨੇ ਲੈਣੇ ਤਾਂ ਹੀ ਫਿਰ ਮੁੱਖੋਂ ਸੀ ਕਿਹਾ ਅੰਗਦ ਪੱਠੀ ਵਿੱਚ ਪਾ ਕੇ ਕੁੰਦਨ ਵਾਂਗ ਕੀਤਾ ਤੇਰੇ ਮੇਰੇ ਚ ਫਰਕ ਨਾ ਰਿਹਾ ਅੰਗਦ ਘੜਿਆ ਸੁਰਤ ਦੀ ਸੱਚੀ ਟਕਸਾਲ ਤੈਨੂੰ ਘੜਿਆ ਸੁਰਤ ਦੀ ਸੱਚੀ ਟਕਸਾਲ ਤੈਨੂੰ ਹੋ ਗਿਆ ਤੂੰ ਮੇਰੇ ਹੀ ਜਿਹਾ ਅੰਗਦ ਤੈਨੂੰ ਜੋਤ ਮੈਂ ਆਪਣੀ ਸੌਂਪ ਰਿਆਂ ਜਿਹੀ ਜੋਤ ਨਾਨਕ ਚਾਨਣ ਤੇਹਾ ਅੰਗਦ ਤੈਨੂੰ ਜੋਤ ਮੈਂ ਆਪਣੀ ਸੌਂਪ ਰਿਆਂ ਜਿਹੀ ਜੋਤ ਨਾਨਕ ਕੇ ਚਾਨਣ ਤੇਹਾ ਅੰਗਦ ਐ ਤੇ ਗੁਰੂ ਸਾਹਿਬ ਗੁਰਗੱਦੀ ਤੇ ਬੈਠ ਕੇ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਕਰਿਓ ਗੁਰੂ ਸਾਹਿਬ ਗੁਰਗੱਦੀ ਤੇ ਬੈਠ ਕੇ ਤੇ ਦੇਵੀ ਚਾਨਣ ਤੇ ਬਖਸ਼ੀ ਅਗਵਾਈ ਸੋਣੀ ਨਾਨਕ ਜੋਤ ਨੂਰਾਨੀ ਹੁਣ ਬਦਲ ਚੋਲਾ ਗੁਰੂ ਅੰਗਦ ਦੇ ਰੂਪ ਵਿੱਚ ਆਈ ਸੋਣੀ ਗੁਰੂ ਸਾਹਿਬ ਨੇ ਆਖ ਡੂਰ ਸਾਹਿਬ ਜ਼ਿੰਮੇਵਾਰੀ ਸੀ ਤੋੜ ਨਿਭਾਈ ਸੋਣੀ ਤੇ ਗੁਰੂ ਘਰ ਨਾਲ ਜੋੜ ਕੇ ਸੰਗਤਾਂ ਨੂੰ ਪਾਵਨ ਗੁਰਮਤਿ ਦੀ ਦੱਸੀ ਵਡਿਆਈ ਸੋਣੀ ਗੁਰੂ ਘਰ ਨਾਲ ਜੋੜ ਕੇ ਸੰਗਤਾਂ ਨੂੰ ਪਾਵਨ ਗੁਰਮਤਿ ਦੀ ਦੱਸੀ ਵਡਿਆਈ ਸੋਣੀ ਸਾਥ ਸੰਗਤ ਜੀਓ ਦਰਸ਼ਨ ਕਰਿਏ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕਿ ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ ਬੂਟਾ ਸਿੱਖੀ ਦਾ ਲਾਇਆ ਜੋ ਗੁਰੂ ਨਾਨਕ ਦੂਜੇ ਪਾਤਸ਼ਾਹ ਅਮਰ ਬਹਾਰ ਕੀਤਾ ਚਲਦਾ ਗੁਰੂ ਕਾ ਲੰਗਰ ਸੇ ਹਰ ਵੇਲੇ ਚਲਦਾ ਗੁਰੂ ਕਾ ਲੰਗਰ ਸੇ ਹਰ ਵੇਲੇ ਮਾਤਾ ਖੀਵੀ ਜੋ ਹੱਥੀਂ ਤਿਆਰ ਕੀਤਾ ਵਹਿਮ ਭਰਮ ਫੈਲਾਏ ਜੋ ਭੇਖੀਆਂ ਨੇ ਉਹ ਸਭ ਮੰਨਣ ਤੋਂ ਗੁਰਾਂ ਇਨਕਾਰ ਕੀਤਾ ਉੱਚ ਨੀਚ ਦੇ ਭਰਮ ਭਲੇਖਿਆਂ ਤੋਂ ਗੁਰੂ ਸੰਗਤਾਂ ਨੂੰ ਖਬਰਦਾਰ ਕੀਤਾ ਉੱਚ ਨੀਚ ਦੇ ਭਰਮ ਭਲੇਖਿਆਂ ਤੋਂ ਗੁਰੂ ਸੰਗਤਾਂ ਨੂੰ ਖਬਰਦਾਰ ਕੀਤਾ ਇਤਿਹਾਸਕ ਬੰਦ ਐ ਸਾਧ ਸੰਗਤ ਜੀ ਕਿ ਲੰਘਿਆ ਜਦੋਂ ਹਮਾਇੂ ਖੰਡੂਰ ਵਿੱਚੋਂ ਲੰਘਿਆ ਜਦੋਂ ਹਮਾਇੂ ਖਡੂਰ ਵਿੱਚੋਂ ਸ਼ੇਰ ਸ਼ਾਹ ਕੋਲੋਂ ਹਾਰ ਖਾ ਕੇ ਤੇ ਹੁੰਦਾ ਵੇਖ ਨਾ ਕੋਈ ਸਤਕਾਰ ਇਥੇ ਚੰਡੀ ਕੱਢੀ ਸੀ ਗੁੱਸੇ ਵਿੱਚ ਆ ਕੇ ਤੇ ਨਹੀਂ ਜਾਇਜ਼ ਫਕੀਰਾਂ ਤੇ ਵਾਰ ਕਰਨਾ ਨਹੀਂ ਜਾਇਜ਼ ਫਕੀਰਾਂ ਤੇ ਵਾਰ ਕਰਨਾ ਮੁੱਖੋਂ ਸਤਗੁਰਾਂ ਕੇ ਮੁਸਕਾ ਕੇ ਤੇ ਓਏ ਰਾਜ ਭਾਗ ਤੂੰ ਆਪਣਾ ਲੈ ਵਾਪਸ ਇਹਨੂੰ ਜੰਗ ਦੇ ਵਿੱਚ ਚਲਾ ਕੇ ਤੇ ਰਾਜ ਭਾਗ ਤੂੰ ਆਪਣਾ ਲੈ ਵਾਪਸ ਇਹਨੂੰ ਜੰਗ ਦੇ ਵਿੱਚ ਚਲਾ ਕੇ ਤੇ ਪਾਤਸ਼ਾਹ ਜੀ ਨੇ ਸਾਨੂੰ ਕੀ ਹੁਕਮ ਕੀਤੇ ਨੇ ਦਰਸ਼ਨ ਕਰਨਾ ਕਿ ਸਮੇ ਸਮੇ ਤੇ ਸਿੱਖਾਂ ਨੂੰ ਕਿਹਾ ਉਹਨਾਂ ਸਮੇ ਸਮੇ ਤੇ ਸਿੱਖਾਂ ਨੂੰ ਕਿਹਾ ਉਹਨਾਂ ਉੱਚਾ ਸੁੱਚਾ ਹਮੇਸ਼ਾ ਵਿਵਹਾਰ ਕਰਨਾ ਧਰਤੀ ਵਾਂਗ ਹੀ ਸੀਤਲ ਸੁਭਾ ਰੱਖਣਾ ਤੇ ਕਦੇ ਭੁੱਲ ਕੇ ਨਾ ਹੰਕਾਰ ਕਰਨਾ ਦਸਾਂ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਾਨ ਪੁੰਨ ਤੇ ਪਰ ਉਪਕਾਰ ਕਰਨਾ ਤੇ ਰਹਿ ਕੇ ਵਿੱਚ ਗ੍ਰਸਤ ਦੇ ਕਮਲ ਵਾਂਗੂ ਹਰ ਇੱਕ ਦੇ ਨਾਲ ਪਿਆਰ ਕਰਨਾ ਰਹਿ ਕੇ ਵਿੱਚ ਗ੍ਰਸਤ ਦੇ ਕਮਲ ਵਾਂਗੂ ਹਰ ਇੱਕ ਦੇ ਨਾਲ ਪਿਆਰ ਕਰਨਾ ਤੋ ਮਲ ਅਖਾੜੇ ਸਜਾ ਕੇ ਪਾਤਸ਼ਾਹ ਨੇ ਮਲ ਅਖਾੜੇ ਸਜਾ ਕੇ ਪਾਤਸ਼ਾਹ ਨੇ ਕਸਰਤ ਕਰਨ ਦੀ ਦਿੱਤੀ ਸਖਲਾਈ ਸੋਹਣੀ ਆ ਲਿਪੀ ਗੁਰਮੁਖੀ ਵੱਲ ਧਿਆਨ ਦੇ ਕੇ ਬਾਲਾ ਤਾਈ ਪੰਜਾਬੀ ਪੜਾਈ ਸੋਹਣੀ ਬਾਬੇ ਨਾਨਕ ਦੇ ਜੀਵਨ ਬਿਰਤਾਂਤ ਵਾਲੀ ਜਨਮ ਸਾਖੀ ਵੀ ਆਪ ਲਿਖਵਾਈ ਸੋਣੀ ਤੇ ਜ਼ਿੰਮੇਵਾਰੀ ਗੁਰਿਆਈ ਦੇ ਗੁਰੂ ਜੀ ਨੇ ਕਈ ਸਾਲਾਂ ਤੱਕ ਜਾਚ ਕਿ ਨਿਭਾਈ ਸੋਣੀ ਜ਼ਿੰਮੇਵਾਰੀ ਗੁਰਿਆਈ ਦੀ ਗੁਰੂ ਜੀ ਨੇ ਕਈ ਸਾਲਾਂ ਤੱਕ ਜਾਚ ਕਿ ਨਿਭਾਈ ਸੋਣੀ ਕਈ ਸਾਲਾਂ ਤੱਕ ਜਾਚ ਕਿ ਨਿਭਾਈ ਸੋਣੀ ਕਈ ਸਾਲਾਂ ਤੱਕ ਜਾਚ ਕਿ ਨਿਭਾਈ ਸੋਣੀ ਗੱਜ ਕੇ ਫਤਿਹ ਬਲਾਓ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ